ਦੋਸਤੋ ਮੈਂ ਹਾਂ ਤੁਹਾਡਾ ਆਪਣਾ ਫਰਸਟ ایڈ ਟ੍ਰੇਨਰ ਨਰੇਸ਼ ਪਠਾਨੀਆਂ ਰੈੱਡ ਕਰਾਸ ਸੁਸਾਇਟੀ ਬਠਿੰਡਾ ਤੋਂ ਦੋਸਤੋ ਅੱਜ ਦੀ ਇਸ ਵੀਡੀਓ ਦਾ ਮਕਸਦ ਤੁਹਾਨੂੰ ਰੇਵੇਜ਼ ਪਾਵ ਹਲਕਾ ਰੋਗ ਬਾਰੇ ਜਾਣੂ ਕਰਵਾਉਣਾ ਹੈ ਹਲਕਾ ਜਿਸ ਨੂੰ ਜਲਤਰਾਸ ਰੋਗ ਵੀ ਕਿਹਾ ਜਾਂਦਾ ਹੈ ਬੇਸ਼ੱਕ ਇੱਕ ਜਾਨਲੇਵਾ ਵਾਇਰਲ ਰੋਗ ਹੈ ਪਰੰਤੂ ਸਮੇਂ ਸਿਰ ਸਹੀ ਫਰਸਟ ایڈ ਦੇਣ ਅਤੇ ਟੀਕਾਕਰਨ ਕਰਵਾ ਲੈਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ਕਿਸੇ ਵੀ ਘਰੇਲੂ ਜੰਗਲੀ ਜਾਂ ਆਵਾਰਾ ਹਲਕੇ ਹੋਏ ਜਾਨਵਰ ਦੇ ਕੱਟਣ ਵੱਢਣ ਪੰਜਿਆਂ ਨਾਲ ਚਰੀਟਾਂ ਪਾ ਦੇਣ ਨਾਲ ਜਾਂ ਪਹਿਲਾਂ ਤੋਂ ਮੌਜੂਦ ਕਿਸੇ ਨੰਗੇ ਜ਼ਖਮ ਨੂੰ ਚੱਟਣ ਕਰਕੇ ਦੂਸ਼ਿਤ ਥੁਕ ਲਾਰਾਹੀਂ ਇਸ ਦਾ ਵਾਇਰਸ ਸਾਡੇ ਸਰੀਰ ਅੰਦਰ ਦਾਖਲ ਹੋ ਜਾਂਦਾ ਹੈ ਆਮ ਤੌਰ ਤੇ ਇਨਸਾਨਾਂ ਵਿੱਚ ਇਹ ਰੋਗ ਹਲਕੇ ਹੋਏ ਅਵਾਰਾ ਜਾਂ ਪਾਲਤੂ ਕੁੱਤਿਆਂ ਦੇ ਬਟਣ ਕਾਰਨ ਹੁੰਦਾ ਹੈ ਅਤੇ ਬਹੁਤ ਹੀ ਮਾਰੂ ਹੁੰਦਾ ਹੈ ਇਨਫੈਕਟਡ ਕੁੱਤਿਆਂ ਤੋਂ ਇਲਾਵਾ ਇਹ ਰੋਗ ਛੂਤ ਵਾਲੇ ਬਾਂਦਰ ਘੋੜਾ ਗਾਂ ਮੱਝ ਸੂਰ ਖਰਗੋਸ਼ ਚੂਹੇ ਬਿੱਲੀਆਂ ਲੌਂਬੜੀ ਨਿਉਲਾ ਜਾਂ ਫਿਰ ਚੰਗਿੱਦਣਾ ਵਰਗੇ ਪਾਲਤੂ ਜਾਂ ਜੰਗਲੀ ਪੰਛੀਆਂ ਜਾਂ ਜਾਨਵਰਾਂ ਤੋਂ ਵੀ ਹੋ ਸਕਦਾ ਹੈ ਇੱਕ ਵਾਰ ਇਹ ਰੋਗ ਹੋ ਜਾਵੇ ਤਾਂ ਫਿਰ ਇਹ ਲਾ ਇਲਾਜ ਹੈ ਤੇ ਪੀੜਤ ਦੀ ਦਦਨਾਕ ਮੌਤ ਨੂੰ ਕਿਸੇ ਵੀ ਹਾਲਤ ਵਿੱਚ ਟਾਲਿਆ ਨਹੀਂ ਜਾ ਸਕਦਾ ਇਸ ਲਈ ਕਿਸੇ ਵੀ ਜਾਨਵਰ ਜਾਂ ਕੁੱਤੇ ਦੇ ਕੱਟਣ ਤੇ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਅਤੇ ਜ਼ਿੰਦਗੀ ਬਚਾਉਣ ਲਈ ਕੁਝ ਉਪਾਅ ਕਰਨੇ ਚਾਹੀਦੇ ਹਨ ਆਓ ਜਾਣਦੇ ਹਾਂ ਹਲਕਾ ਰੋਗ ਦੇ ਚਿੰਨ ਅਤੇ ਲੱਛਣ ਕੀ ਹਨ ਅਤੇ ਕਿਸੇ ਜਾਨਵਰ ਦੇ ਕੱਟਣ ਤੇ ਸਾਨੂੰ ਕੀ ਫਰਸਟ ایڈ ਪਹਿਲ ਸਹਾਇਤਾ ਦੇਣੀ ਚਾਹੀਦੀ ਹੈ ਹਲਕੇ ਕੁੱਤੇ ਵਿੱਚ ਰੋਗ ਦੀਆਂ ਨਿਸ਼ਾਨੀਆਂ ਕੀ ਹਨ ਪਸ਼ੂਆਂ ਨੂੰ ਚੱਕ ਮਾਰਨਾ ਮੂੰਹ ਉੱਪਰ ਕਰਕੇ ਭੌਂਕਣਾ ਅਤੇ ਪਾਗਲਪਨ ਵਿੱਚ ਇਧਰ ਉਧਰ ਭੱਜਣਾ ਆਵਾਜ਼ ਵਿੱਚ ਬਦਲਾਅ ਤੇ ਭਿਆਨਕ ਚਿਹਰਾ ਅਧਰੰਗ ਕਾਰਨ ਸਰੀਰ ਦਾ ਸਾਰਾ ਹਿੱਸਾ ਮਾਰਿਆ ਜਾਣਾ ਛੇੜਨ ਹੱਥ ਲਾਉਣ ਤੇ ਜਾਂ ਬੇਵਜਾ ਹਰ ਕਿਸੇ ਨੂੰ ਵੱਢਣਾ ਹੀਟਲੇ ਜਵਾੜੇ ਦੇ ਅਧਰੰਗ ਕਾਰਨ ਮੂੰਹ ਵਿੱਚੋਂ ਲਾਰ ਦਾ ਟਪਕਣਾ ਕੁੱਤੇ ਦਾ ਸੁਭਾਅ ਚਿਰਚੜਾ ਹੋ ਜਾਣਾ ਤੇ ਬੇਚੈਨੀ ਮਹਿਸੂਸ ਕਰਨਾ ਫੀਡ ਨਾ ਲੈਣਾ ਪਰੰਤੂ ਨੇੜੇ ਪਈਆਂ ਵਸਤੂਆਂ ਲੱਕੜ ਕੱਪੜਾ ਜਾਂ ਭਾਂਡੇ ਆਦ ਨੂੰ ਚਬਾਉਣ ਦੀ ਕੋਸ਼ਿਸ਼ ਕਰਨਾ ਅਦਰੰਗ ਹੋਣ ਤੇ ਦੌਰਿਆਂ ਵਾਲੀ ਹਾਲਤ ਉਪਰੰਤ ਦਰਦਨਾਕ ਮੌਤ ਹੋ ਜਾਣੀ ਇਨਸਾਨਾਂ ਵਿੱਚ ਹਲਕਾ ਦੀਆਂ ਨਿਸ਼ਾਨੀਆਂ ਕੀ ਹਨ ਸਰੀਰ ਨੂੰ ਦੌਰੇ ਪੈਣਾ ਹਲਕਾ ਜਾਂ ਤੇਜ਼ ਬੁਖਾਰ ਮਾਸਪੇਸ਼ੀਆਂ ਵਿੱਚ ਦਰਦ ਅਤੇ ਖਿਚਾਹ ਮੂੰਹ ਚੌਲ ਲਾਲਾਂ ਡਿਗਣੀਆਂ ਜ਼ਖਮ ਅਤੇ ਖੂਨ ਦਾ ਵਗਣਾ ਗਲਾ ਖਰਾਬ ਤੇ ਸਿਰਪੀੜ ਹੋਣੀ ਅਦਰੰਗ ਵਰਗੀਆਂ ਅਲਾਮਤਾਂ ਪ੍ਰੰਤੂ ਦਿਮਾਗੀ ਤੌਰ ਤੇ ਸੁਚੇਤ ਹੋਣਾ ਕੱਟਣ ਵਾਲੀ ਥਾਂ ਤੇ ਦਰਦ ਜਾਂ ਹਸਾਸ ਸੁਣ ਹੋਣਾ ਤੇਜ ਰੋਸ਼ਨੀ ਅਤੇ ਸ਼ੋਰ ਸ਼ਰਾਬੇ ਤੋਂ ਉਤੇਜਣਾ ਨੀਂਦ ਨਾ ਆਉਣਾ ਫਿਕਰਮੰਦ ਅਤੇ ਬੇਚੈਨੀ ਵਾਲੀ ਹਾਲਤ ਹੋਣੀ ਪਾਣੀ ਜਾਂ ਪਾਣੀ ਦੀ ਆਵਾਜ਼ ਤੋਂ ਡਰਨਾ ਪਾਵ ਹਾਈਡਰੋਫੋਬੀਆ ਪੱਠਿਆਂ ਦੇ ਸੁਗੜਨ ਕਾਰਨ ਖਾਣ ਪੀਣ ਵਾਲੀਆਂ ਚੀਜ਼ਾਂ ਅੰਦਰ ਲੰਗਾਉਣਾ ਅਤੇ ਸਾਹ ਲੈਣ ਵਿੱਚ ਔਖਾਈ ਮਹਿਸੂਸ ਕਰਨਾ ਅੰਤ ਵਿੱਚ ਦਰਦਨਾਕ ਮੌਤ ਹਲਕੇ ਕੁੱਤੇ ਦੇ ਕੱਟਣ ਤੇ ਮੁੱਢਲੀ ਸਹਾਇਤਾ ਕੀ ਹੋਵੇ ਜਾਨਵਰਾਂ ਦੇ ਕੱਟਣ ਵੱਡਣ ਨਾਲ ਹੋਏ ਜ਼ਖਮਾਂ ਨੂੰ ਗੰਦੇ ਹੱਥ ਨਾਲ ਨਾ ਲਾਓ। ਕੋਈ ਜਾਨਵਰ ਚੱਕ ਮਾਰ ਦੇਵੇ ਤਾਂ ਭਾਵੇਂ ਤੁਹਾਡਾ ਆਪਣਾ ਪਾਲਿਆ ਹੋਇਆ ਕੁੱਤਾ ਹੀ ਕਿਉਂ ਨਹੀਂ ਤੁਰੰਤ ਜ਼ਖਮ ਨੂੰ ਖੁੱਲੇ ਵਗਦੇ ਪਾਣੀ ਹੀਟ ਸਾਬਣ ਨਾਲ ਚੰਗੀ ਤਰ੍ਹਾਂ ਵਾਰ-ਵਾਰ ਧੋਵੋ। ਜ਼ਖਮ ਧੋਣ ਉਪਰੰਤ ਜ਼ਖਮ ਤੇ ਡੈਟੋਲ, ਸੈਵਲੋਨ ਵਰਗਾ ਕੋਈ ਰੋਗਾਨੂਨਾਸ਼ਕ ਕੋ ਲਗਾ ਕੇ ਇਸ ਨੂੰ ਖੁੱਲਾ ਰੱਖੋ। ਡਾਕਟਰੀ ਸਲਾਹ ਨਾਲ ਟੈਟਨਸ ਤੋਂ ਬਚਾ ਦਾ ਟੀਕਾ ਲਗਵਾਓ। ਹਲਕਾ ਰੋਗ ਤੋਂ ਬਚਾ ਲਈ ਡਾਕਟਰੀ ਸਲਾਹ ਨਾਲ ਤੁਰੰਤ ਐਂਟੀ ਰੇਬੀਜ਼ ਟੀਕਿਆਂ ਦਾ ਕੋਰਸ ਸ਼ੁਰੂ ਕਰੋ ਜੇ ਸੰਭਵ ਹੋਵੇ ਤਾਂ ਹਲਕੇ ਕੁੱਤੇ ਨੂੰ 10-15 ਦਿਨਾਂ ਲਈ ਬੰਨ ਕੇ ਰੱਖੋ ਇਸ ਸਮੇਂ ਦੌਰਾਨ ਕੁੱਤਾ ਮਰ ਜਾਵੇ ਤਾਂ ਹਲਕਿਆ ਹੋਇਆ ਹੀ ਸਮਝੋ ਐਂਟੀ ਰੇਬੀਜ਼ ਟੀਕਿਆਂ ਦਾ ਕੋਰਸ ਪੂਰਾ ਕਰੋ ਸਾਵਧਾਨੀਆਂ ਕੀ ਹਨ ਕੁੱਤਿਆਂ ਜਾਂ ਆਵਾਰਾ ਜਾਨਵਰਾਂ ਤੋਂ ਖਬਰਦਾਰ ਰਹੋ ਅਤੇ ਬੱਚਿਆਂ ਨੂੰ ਕੁੱਤਿਆਂ ਤੋਂ ਦੂਰ ਰੱਖੋ ਪਾਲਤੂ ਕੁੱਤਿਆਂ ਜਾਂ ਹੋਰ ਜਾਨਵਰਾਂ ਦਾ ਸਮੇਂ-ਸਮੇਂ 'ਤੇ ਟੀਕਾਕਰਨ ਕਰਵਾਓ ਲਾੜ ਪਿਆਰ ਕਰਨ ਦੌਰਾਨ ਪਾਲਤੂ ਜਾਨਵਰਾਂ ਦਾ ਮੂੰਹ ਨਾ ਚੁੰਮੋ ਅਜੀਹਾ ਨਾ ਕਰੋ ਜ਼ਖਮ ਉੱਤੇ ਟਾਂਕੇ ਪੱਟੀਆਂ ਵਗੈਰਾ ਨਾ ਲਗਵਾਓ ਟੂਣੇ ਟਾਮਣਿਆਂ ਅੰਧਵਿਸ਼ਵਾਸ਼ਾਂ ਤੇ ਝਾਲ ਫੂਕ ਤੋਂ ਦੂਰ ਰਹੋ ਅਵਾਰਾ ਕੁੱਤਿਆਂ ਜਾਂ ਹੋਰ ਜੰਗਲੀ ਜਾਨਵਰਾਂ ਨੂੰ ਨਾ ਛੇੜੋ ਪਾਗਲ ਕੁੱਤੇ ਜਾਨਵਰਾਂ ਦੇ ਵੱਢਣ ਤੇ ਇਲਾਜ ਵਿੱਚ ਲਾਪਰਵਾਹੀ ਨਾ ਕਰੋ ਜ਼ਖਮਾਂ ਤੇ ਲੂਣ ਮਿਰਚਾਂ ਸਰੋਂ ਦਾ ਤੇਲ ਕਿਓ ਨਿੰਬੂ ਰਾਖ ਜਾਂ ਹਲਦੀ ਵਗੈਰਾ ਦਾ ਲੇਪ ਨਾ ਲਗਾਓ ਮੈਡੀਕਲ ਸਾਇੰਸ 'ਚ ਇਹਨਾਂ ਤਰੀਕਿਆਂ ਦਾ ਕੋਈ ਆਧਾਰ ਨਹੀਂ ਜੇਕਰ ਕੋਈ ਹਲਕਿਆ ਕੁੱਤਾ ਕਿਸੇ ਪਾਲਤੂ ਪਸ਼ੂ ਨੂੰ ਕੱਟ ਲਵੇ ਤਾਂ ਉਸ ਪਸ਼ੂ ਦਾ ਬਿੜਾ ਵਾਲਾ ਦੁੱਧ ਨਹੀਂ ਪੀਣਾ ਚਾਹੀਦਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਨਹੇ ਤੇ ਵਿੱਚ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ